ਗਠਜੋੜ ਤੋਂ ਸੀਐਮ ਮਾਨ ਦਾ ਫਿਰ ਇਨਕਾਰ, ਕਿਹਾ ਪੰਜਾਬ ਨਹੀਂ ਚੰਡੀਗੜ੍ਹ ਦੀ ਵੀ ਜਿੱਤੇਗੀ ਸੀਟ ਆਮ ਆਦਮੀ ਪਾਰਟੀ। 13 ਤੋਂ ਬਾਅਦ ਦਿੱਤਾ 14-0 ਦਾ ਨਾਰਾ। ਚੰਡੀਗੜ੍ਹ ਮੇਅਰ ਦੀ ਚੋਣ ਚ ਆਇਆ ਟੈਕਨੀਕਲ ਟਵਿਸਟ, ਹਾਲੇ ਤੱਕ ਵਾਪਸ ਨਹੀਂ ਹੋ ਸਕੀ ਕਾਂਗਰਸੀ ਉਮੀਦਵਾਰ ਦੀ ਨਾਮਜ਼ਦਗੀ। ਆਪ ਨੂੰ ਸਮਰਥਨ ਦੇ ਬਾਅਦ ਜਸਬੀਰ ਬੰਟੀ ਨੇ ਵਾਪਸ ਲਿਆ ਸੀ ਨਾਮ। ਚੰਡੀਗੜ੍ਹ ਮੇਅਰ ਨੂੰ ਲੈ ਕੇ ਹਲਚਲ ਤੇਜ਼, ਮੀਟਿੰਗਾਂ ਦਾ ਦੌਰ ਜਾਰੀ। ਰਾਘਵ ਚੱਡਾ ਨੇ ਕੀਤੀ ਪਵਨ ਬੰਸਲ ਨਾਲ ਮੁਲਾਕਾਤ, ਕਿਹਾ ਗੈਰ ਲੋਕਤੰਤਰਿਕ ਹਰਕਤਾਂ ਕਰ ਰਹੀ ਹੈ ਭਾਜਪਾ, ਮਿਲ ਕੇ ਦੇਵਾਂਗੇ ਮਾਤ। ਪੰਜਾਬ 'ਚ ਵਿਦੇਸ਼ੀ ਨਿਵੇਸ਼ 'ਤੇ ਸੀਐਮ ਮਾਨ ਦਾ ਜ਼ੋਰ, ਦਿੱਲੀ 'ਚ ਮੁੱਖ ਮੰਤਰੀ ਨੇ 8 ਦੇਸ਼ਾਂ ਦੇ ਹਾਈ ਕਮਿਸ਼ਨਰਸ ਨਾਲ ਕੀਤੀ ਬੈਠਕ, ਪੰਜਾਬ 'ਚ ਨਿਵੇਸ਼ ਲਈ ਦਿੱਤਾ ਸੱਦਾ। ਸੁਖਪਾਲ ਖਹਿਰਾ ਦੀ ਜ਼ਮਾਨਤ ਖਿਲਾਫ ਸੁਪਰੀਮ ਕੋਰਟ ਪਹੁੰਚੀ ਪੰਜਾਬ ਸਰਕਾਰ, ਪਟੀਸ਼ਨ 'ਤੇ ਕੱਲ੍ਹ ਹੋਏਗੀ ਸੁਣਵਾਈ। ਖਹਿਰਾ ਨੇ ਕੋਈ ਵੀ ਫੈਸਲਾ ਸੁਣਾਉਣ ਤੋਂ ਪਹਿਲਾਂ ਆਪਣਾ ਪੱਖ ਸੁਣੇ ਜਾਣ ਦੀ ਕੀਤੀ ਮੰਗ। ਅੱਤਵਾਦੀ ਪੰਨੂ ਵੱਲੋਂ ਧਮਕੀ ਦੇਣ 'ਤੇ ਬੋਲੇ ਸੀਐਮ ਮਾਨ, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੇ ਸੰਪਰਕ 'ਚ ਹਾਂ, ਵਿਦੇਸ਼ਾਂ 'ਚ ਪਨਾਹ ਲਈ ਬੈਠੇ ਦੇਸ਼ ਵਿਰੋਧੀ ਅਨਸਰਾਂ 'ਤੇ ਕਸਾਂਗੇ ਨਕੇਲ। ਸੀਐਮ ਨੇ 461 ਨਵਨਿਯੁਕਤ ਪੁਲਿਸ ਕਰਮੀਆਂ ਨੂੰ ਦਿੱਤੇ ਨਿਯੁਕਤੀ ਪੱਤਰ, ਨਾਲ ਹੀ ਦਿੱਤੀ ਸਲਾਹ, ਬੋਲੇ ਕਿਸੇ 'ਤੇ ਕੋਈ ਝੂਠਾ ਜਾਂ ਸਿਆਸੀ ਪਰਚਾ ਨਹੀਂ ਪਾਉਣਾ, ਲੋਕਾਂ ਨੂੰ ਪਰੇਸ਼ਾਨ ਕਰਨ ਦੀ ਥਾਂ ਦਿਵਾਓ ਇਨਸਾਫ਼। ਮੁਕੇਰੀਆਂ 'ਚ ਵੱਡਾ ਸੜਕ ਹਾਦਸਾ, ਖੜ੍ਹੇ ਟਰਾਲੇ 'ਚ ਵੱਜੀ ਪੰਜਾਬ ਪੁਲਿਸ ਦੀ ਬੱਸ, 3 ਪੁਲਿਸ ਕਰਮੀਆਂ ਦੀ ਮੌਤ, ਕਈ ਗੰਭੀਰ ਜ਼ਖਮੀ। ਸੀਐਮ ਵੱਲੋਂ ਪੀੜਿਤ ਪਰਿਵਾਰਾਂ ਲਈ 2-2 ਕਰੋੜ ਦੀ ਆਰਥਿਕ ਮਦਦ ਦਾ ਐਲਾਨ। ਦੇਸ਼ ਭਰ 'ਚ ਸੰਗਤ ਮਨਾ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਸ੍ਰੀ ਹਰਿਮੰਦਰ ਸਾਹਿਬ 'ਚ ਆਤਿਸ਼ਬਾਜ਼ੀ ਅਤੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ। ਸਤਿ ਸ਼੍ਰੀ ਅਕਾਲ, ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਵਿਜੇਪਾਲ ਸਿੰਘ ਬਰਾੜ। 7 ਵਾਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ। ਸ਼ੁਰੂਆਤ ਕਰਦੇ ਹਾਂ ਗੱਠਜੋੜ ਦੀ ਖਬਰ ਤੋਂ। ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣ ਜਾ ਰਹੀ ਹੈ, ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੀਆਂ ਹੋ ਗਈਆਂ ਨੇ, ਔਰ ਉਸ ਤੋਂ ਬਾਅਦ ਹੀ ਸਵਾਲ ਲਗਾਤਾਰ ਪੰਜਾਬ ਦੇ ਵਿੱਚ ਵੀ ਗੱਠਜੋੜ ਨੂੰ ਲੈ ਕੇ ਕੀਤੇ ਜਾ ਰਹੇ ਨੇ। ਹਾਲਾਂਕਿ ਸੀਐਮ ਮਾਨ ਪਹਿਲਾਂ ਕਾਫੀ ਵਾਰ ਕਹਿ ਚੁੱਕੇ ਨੇ 13-0 ਦਾ ਉਹਨਾਂ ਨੇ ਨਾਰਾ ਦਿੱਤਾ। ਬੇਸ਼ੱਕ ਉਹ ਨਾਰਾ 13 ਸੀਟਾਂ 'ਤੇ ਜਿੱਤ ਨੂੰ ਲੈ ਕੇ ਸੀ, ਪਰ ਨਾਲ ਹੀ ਇਹ ਵੀ ਕਿਤੇ ਨਾ ਕਿਤੇ ਸਾਫ਼ ਕਰ ਗਿਆ ਕਿ ਸਾਰੀਆਂ ਸੀਟਾਂ 'ਤੇ ਆਪ ਇਕੱਲੇ ਹੀ ਲੜੇਗੀ। ਅੱਜ ਦੁਬਾਰਾ ਸਵਾਲ ਪੁੱਛਿਆ ਗਿਆ ਤਾਂ ਦੁਬਾਰਾ ਸੀਐਮ ਨੇ ਉਸ ਦੇ ਵਿੱਚ ਇੱਕ ਸੀਟ ਹੋਰ ਜੋੜੀ, ਔਰ ਉਹਨਾਂ ਨੇ ਕਿਹਾ ਕਿ ਪਹਿਲਾਂ ਮੈਂ 13-0 ਦਾ ਨਾਰਾ ਦਿੱਤਾ ਸੀ, ਹੁਣ ਚੰਡੀਗੜ੍ਹ ਦੀ ਵੀ ਵਿੱਚ ਜੋੜ ਲਓ ਕਿ 14-0 ਹੋਏਗਾ, ਯਾਨੀ ਆਮ ਆਦਮੀ ਪਾਰਟੀ 14-0 'ਤੇ 14 ਸੀਟਾਂ ਲੈ ਕੇ ਜਾਏਗੀ, ਚੰਡੀਗੜ੍ਹ ਦੀ ਇੱਕ ਅਤੇ 13 ਪੰਜਾਬ ਦੀਆਂ। ਸੋ ਉਹਨਾਂ ਨੇ ਕਿਹਾ ਕਿ ਇਸ ਦਾ ਮਤਲਬ ਤੁਸੀਂ ਆਪੇ ਸਮਝ ਲਓ, ਯਾਨੀ ਸਿਆਸਤ ਦੇ ਵਿੱਚ ਜੋ ਕੁਛ ਕਿਹਾ ਜਾਂਦਾ ਔਰ ਜੋ ਕੁਛ ਇਸ਼ਾਰਿਆਂ ਕੀਤੇ ਜਾਂਦੇ ਆ ਉਸਦੇ ਮਾਇਨੇ ਕੀ ਹੁੰਦੇ ਨੇ, ਇਸ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ। ਔਰ ਸੀਐਮ ਮਾਨ ਨੇ ਇਹ ਗੱਲ ਕਹੀ ਸੀ ਕਿ ਪੰਜਾਬ 'ਚ 13-0 ਹੋਏਗਾ, ਅੱਜ ਉਹ 14-0 ਕਹਿ ਗਏ ਨੇ, ਚੰਡੀਗੜ੍ਹ ਵੀ ਉਹਨਾਂ ਨੇ ਵਿੱਚ ਮਿਲਾਇਆ ਹੈ। ਤਾਂ ਬੇਸ਼ੱਕ ਸੀਐਮ ਆਪਣੀ ਜ਼ੁਬਾਨ ਤੋਂ ਨਹੀਂ ਬੋਲੇ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਤੁਸੀਂ ਇਸ ਨੂੰ ਸਮਝ ਜਾਓ ਇਹਦੇ ਮਤਲਬ ਕੀ ਨੇ।
ਯਾਨੀ ਆਮ ਆਦਮੀ ਪਾਰਟੀ ਦਾ ਗੱਠਜੋੜ ਬੇਸ਼ੱਕ ਕਾਂਗਰਸ ਦੇ ਨਾਲ ਚੰਡੀਗੜ੍ਹ ਮੇਅਰ ਦੀ ਚੋਣ ਦੇ ਲਈ ਹੋ ਗਿਆ, ਪਰ ਪੰਜਾਬ ਦੇ ਵਿੱਚ ਇਸ ਗੱਠਜੋੜ ਦੀ ਰਾਹ ਬੇਹੱਦ ਔਖੀ ਜਾਪ ਰਹੀ ਹੈ। ਔਰ ਜਿਵੇਂ ਮੁੱਖ ਮੰਤਰੀ ਵੱਲੋਂ ਵਾਰ ਵਾਰ ਇਹ ਬਿਆਨ ਦਿੱਤੇ ਗਏ ਨੇ, ਉਸਨੂੰ ਦੇਖ ਕੇ ਘੱਟੋ ਘੱਟ ਇਹ ਚੀਜ਼ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਇਸ ਗੱਠਜੋੜ ਦਾ ਰਸਤਾ ਹੁਣ ਆਸਾਨ ਨਹੀਂ ਰਿਹਾ। ਚੰਡੀਗੜ੍ਹ ਕਾਂਗਰਸ ਦੇ ਆਗੂ ਪਵਨ ਬੰਸਲ ਵੀ ਇਹ ਗੱਲ ਕਿਤੇ ਨਾ ਕਿਤੇ ਇਸ਼ਾਰਿਆਂ 'ਚ ਕਹਿ ਚੁੱਕੇ ਨੇ ਕਿ ਪੰਜਾਬ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਔਰ ਕਾਂਗਰਸ ਦੀ ਲੋਕਲ ਲੀਡਰਸ਼ਿਪ ਵੀ ਇਹ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਗੱਠਜੋੜ ਹੋਵੇ। ਚੰਡੀਗੜ੍ਹ ਨਗਰ ਨਿਗਮ ਦਾ ਇਹ ਮਸਲਾ ਹੈ, ਇਸ ਕਰਕੇ ਨਗਰ ਨਿਗਮ ਦੇ ਲਈ ਉਹ ਇਕੱਠੇ ਹੋਏ ਨੇ। ਇਹ ਗੱਲ ਪਵਨ ਬੰਸਲ ਵੱਲੋਂ ਵੀ ਅੱਜ ਕਹੀ ਗਈ ਅਤੇ ਸੀਐਮ ਨੂੰ ਵੀ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਹੈ, ਉਸ ਦੇ ਲਈ ਅਸੀਂ ਸਾਡੀ ਕੋਸ਼ਿਸ਼ ਹੈ ਕਿ ਮਿਲ ਕੇ ਬੀਜੇਪੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ, ਪਰ ਪੰਜਾਬ ਦੇ ਵਿੱਚ ਉਹ ਸਥਿਤੀ ਨਹੀਂ ਹੈ। ਇਸ ਕਰਕੇ ਉਹਨਾਂ ਕਿਹਾ ਕਿ ਅਸੀਂ 13 ਦੀ ਬਜਾਏ ਹੁਣ 14-0 ਦੇ ਨਾਲ ਜਿੱਤ ਗਿਆ। ਦੇ ਵਿੱਚ ਜਾ ਕੇ ਦੁਨੀਆ ਜਿੱਥੇ ਮਰਜ਼ੀ ਇੱਕ ਲੋਕਲ ਗਵਰਨਮੈਂਟ ਦਾ ਚੁਣਾਵ ਹੈ, ਉਹ 'ਚ ਕੌਂਸਲਰ ਜਿਹੜੇ ਨੇ ਉਹ, ਕਿਉਂਕਿ ਕੌਂਸਲਰ ਦਾ ਜਿਹੜਾ ਜਾਂ ਸਰਪੰਚੀ ਦਾ ਜਿਹੜਾ ਚੁਣਾਵ ਹੁੰਦਾ ਉਹ ਇੱਕ ਦੂਜੇ ਦੇ ਮੂੰਹ ਮੱਥੇ ਲੱਗਣ ਵਾਲਿਆਂ ਦਾ ਹੁੰਦਾ। ਕਈ ਵਾਰੀ ਤਾਂ ਪਾਰਟੀ ਦੇ ਸਿੰਬਲ 'ਤੇ ਵੀ ਨਹੀਂ ਲੜਿਆ ਜਾਂਦਾ, ਉਹ ਆਪਸ 'ਚ ਇੱਕ ਦੂਜੇ ਨੂੰ ਜਾਣਦੇ ਹੁੰਦੇ ਸਾਰੇ। ਸੋ ਉਹਦੇ ਬਾਰੇ ਤਾਂ ਮੈਂ ਕਹੂੰਗਾ ਕਿ ਕੱਲ੍ਹ ਨੂੰ ਸ਼ਾਇਦ ਬੀਜੇਪੀ ਤੋਂ ਖਹਿੜਾ ਛੁੱਟ ਜਾਵੇ ਚੰਡੀਗੜ੍ਹ ਦਾ, ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੀਆਂ ਸਾਡੇ ਕੋਲ ਜਿੰਨੇ ਵੀ, ਕਿਉਂਕਿ ਰਹਿੰਦੇ ਹੀ ਚੰਡੀਗੜ੍ਹ, ਬੜੇ ਵਪਾਰੀਆਂ ਦੇ ਬੜੇ ਦੁਖੀ ਹੋਇਆਂ ਦੇ ਫੋਨ ਵੀ ਆਉਂਦੇ ਨੇ, ਸੁਨੇਹੇ ਵੀ ਆਉਂਦੇ ਨੇ ਕਿ ਬਹੁਤ ਦੁਖੀ ਹਾਂ ਜੀ, ਕਿੱਥੇ ਜਾਈਏ, MP ਸਾਡੀ ਬੰਬੇ ਰਹਿੰਦੀ ਹੈ ਅਤੇ ਇੱਥੇ ਲੜਾਈਆਂ ਚੱਲਦੀਆਂ ਨੇ, ਕਿਹਦੇ ਕੋਲ ਫਰਿਆਦਾਂ ਲੈ ਕੇ ਜਾਈਏ। ਤਾਂ ਜਿਹੜੀ ਮੈਂ 13-0 ਕਹਿਣਾ ਉਹਦੇ 'ਚ ਇੱਕ ਹੋਰ ਐਡ ਕਰ ਲਓ, 14-0 ਕਰ ਲਓ, ਚੰਡੀਗੜ੍ਹ ਵੀ ਨਾਲ ਜਿੱਤਾਂਗੇ। 13-0 ਫਿਰ ਮੈਂ ਆਪਣੀ ਹੀ ਕਿਹਾ ਜੀ, ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਮੈਂ, ਪੰਜਾਬ ਦਾ ਮੁੱਖ ਮੰਤਰੀ ਹਾਂ, ਅਤੇ ਮੈਂ 13-0 'ਚ ਕਿਸੇ ਹੋਰ ਨੂੰ ਵਿੱਚ ਥੋੜ੍ਹੀ ਪਾਊਂਗਾ। ਫਿਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨਿਊਜ਼ 18 ਦੇ ਮੰਚ ਰਾਈਜ਼ਿੰਗ ਪੰਜਾਬ ਤੇ ਪਹੁੰਚੇ ਤਾਂ ਇਸ ਦੌਰਾਨ ਸੀਐਮ ਨੇ ਆਪਣੇ 13-0 ਵਾਲੇ ਨਾਅਰੇ ਦਾ ਮਤਲਬ ਸਮਝਾਇਆ ਤੇ ਸਪਸ਼ਟ ਤੌਰ ਤੇ ਆਪ ਵੱਲੋਂ 13 ਦੀਆਂ 13 ਸੀਟਾਂ ਤੇ ਚੋਣ ਲੜਨ ਦੀ ਗੱਲ ਕਹੀ। ਤਾਂ ਜਦੋਂ ਹੁਣ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਲੈ ਕੇ ਸਵਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਹੋਇਆ ਤਾਂ ਰਾਜਾ ਵੜਿੰਗ ਦਾ ਟਰੈਕ ਸੀਐਮ ਦੇ ਨਾਲੋਂ ਕੋਈ ਜ਼ਿਆਦਾ ਵੱਖਰਾ ਨਹੀਂ ਸੀ। ਇੱਕ ਵਾਰ ਫਿਰ ਸਟੈਂਡ ਸਪਸ਼ਟ ਕੀਤਾ ਕਿ ਪੰਜਾਬ ਕਾਂਗਰਸ ਦੀ 13 ਦੀਆਂ 13 ਸੀਟਾਂ ਤੇ ਤਿਆਰੀ ਹੈ। 13-0 ਫਿਰ ਮੈਂ ਆਪਣੀ ਹੀ ਕਿਹਾ ਜੀ, ਹੁਣ ਆਮ ਆਦਮੀ ਪਾਰਟੀ ਦਾ ਪ੍ਰਧਾਨ ਹਾਂ ਮੈਂ, ਪੰਜਾਬ ਦਾ ਮੁੱਖ ਮੰਤਰੀ ਹਾਂ, ਅਤੇ ਮੈਂ 13-0 'ਚ ਕਿਸੇ ਹੋਰ ਨੂੰ ਵਿੱਚ ਥੋੜ੍ਹੀ ਪਾਊਂਗਾ। ਫਿਰ ਹਾਈਕਮਾਂਡ ਨੇ ਕਲੀਅਰ ਕਰਤਾ ਤੁਹਾਨੂੰ ਕਿ 13 ਤੇ ਆਪਣੇ ਕੈਂਡੀਡੇਟ ਤਿਆਰ ਕਰ ਲਓ, ਜਾਂ ਕਿੰਨੇ 13 ਕੈਂਡੀਡੇਟ ਤਿਆਰ ਨੇ? ਤੁਸੀਂ ਚਲਾਉਣੀ ਹੈ ਇਹ, ਬਿਲਕੁਲ ਹੈਡਲਾਈਨ ਹੈ, ਤੁਸੀਂ ਐਂ ਕਰਨਾ ਬ੍ਰੇਕਿੰਗ ਨਿਊਜ਼, ਬਿਲਕੁਲ। ਫਿਰ ਮੈਂ ਕਹਿ ਦਿੰਦਾ, ਇਸ ਵਾਰ ਲੋਕ ਸਭਾ 'ਚ ਪੂਰੇ ਦੇਸ਼ 'ਚ ਪੰਜਾਬ ਬਣੂਗਾ ਹੀਰੋ, ਆਮ ਆਦਮੀ ਪਾਰਟੀ ਦੇ ਹੱਕ 'ਚ ਪੰਜਾਬ 'ਚੋਂ 13-0। ਯਾਨੀ ਕਿ ਵੱਡਾ ਬਿਆਨ ਦੇ ਰਹੇ ਹੋ, ਫਿਰ ਕਲੀਅਰ ਕਰ ਰਹੇ ਹੋ, ਮੈਨੂੰ ਇਹਨੂੰ ਵੱਡਾ ਸਮਝ ਲਓ ਛੋਟਾ ਸਮਝ ਲਓ ਤੁਸੀਂ ਤੁਹਾਡਾ। ਉਹ ਕਾਂਗਰਸ ਪਾਰਟੀ ਕੱਲ੍ਹ ਹੀ ਹਜੇ ਮੋਹਾਲੀ ਦੇ ਅੰਦਰ ਉੱਥੇ ਖਰੜ ਕਰਕੇ ਆਈ ਹੈ, ਸੋ ਮੈਂ ਸਮਝਦਾ ਹਾਂ ਕਿ ਕਿਸੇ ਪ੍ਰਕਾਰ ਦੇ ਐਵੇਂ ਅਕਾਸਰੇ ਲਾਏ ਜਾਣੇ ਕੋਈ ਚੰਗੀ ਗੱਲ ਨਹੀਂ ਹੈ। ਔਰ ਬਾਕੀ ਮੈਂ ਤੁਹਾਨੂੰ ਕਹਿ ਚੁੱਕਿਆ ਕਿ ਹਾਈਕਮਾਂਡ ਸੁਪਰੀਮ ਹੈ, ਜੋ ਵੀ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ, ਲੇਕਿਨ ਸਾਡੀਆਂ ਭਾਵਨਾਵਾਂ ਦੇ ਖਿਲਾਫ ਕੋਈ ਫੈਸਲਾ ਨਹੀਂ ਹੋਏਗਾ। 13 ਦੀਆਂ 13 ਸੀਟਾਂ ਤੇ ਅਸੀਂ ਆਪਦੇ ਪਾਰਲੀਮੈਂਟ ਮੈਂਬਰ ਲੜਾਉਣ ਦੀ ਤਿਆਰੀ ਕਰ। ਤਾਂ ਜਦੋਂ ਰਾਜਾ ਵੜਿੰਗ ਨੂੰ ਸਵਾਲ ਚੰਡੀਗੜ੍ਹ ਵਾਲੇ ਗੱਠਜੋੜ ਨੂੰ ਲੈ ਕੇ ਹੋਇਆ ਤਾਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਦਾ ਪੰਜਾਬ ਤੇ ਕੋਈ ਵੀ ਅਸਰ ਨਹੀਂ ਹੈ। ਚੰਡੀਗੜ੍ਹ ਯੂਨਿਟ ਅਲੱਗ ਹੈ,
ਉਹਨਾਂ ਨੇ ਹਰ ਪ੍ਰਦੇਸ਼ ਦਾ ਮੁੱਦਾ ਅਲੱਗ ਹੈ, ਹਰ ਦੇਸ਼ ਦਾ ਮੁੱਦਾ ਅਲੱਗ ਹੈ, ਹਰ ਪਿੰਡ ਦਾ ਮੁੱਦਾ ਅਲੱਗ ਹੈ। ਉਹਨਾਂ ਨੇ ਕੋਈ ਚੁਣਾਵ ਇਕੱਠੇ ਨਹੀਂ ਲੜ ਰਹੇ, ਕਾਈਂਡਲੀ ਅੰਡਰਸਟੈਂਡ। ਇੱਕ ਹੋਰ ਦੇਸ਼ ਵਿਰੋਧੀ ਤਾਕਤ ਹੈ ਬਹੁਤ ਵੱਡੀ, ਬੀਜੇਪੀ। ਉਹਨੂੰ ਰੋਕਣ ਵਾਸਤੇ ਮੈਂ ਹਾਲਾਂਕਿ ਆਈ ਐਮ ਨੋਬਡੀ ਉਹਦੇ 'ਚ ਕਮੈਂਟ ਕਰਾਂ, ਉਹਨਾਂ ਨੇ ਇਕੱਠੇ ਹੋ ਕੇ ਕੋਈ ਆਪਦੇ ਕੀ ਉਹਨਾਂ ਦੇ ਮਨ ਦੇ ਵਿੱਚ ਗੱਲ ਹੈ ਕਿ ਇੱਕ ਵਾਰੀ ਪਹਿਲਾਂ ਇਹਨਾਂ ਨਾਲ ਨਿਬੜ ਲਈਏ, ਜਾਂ ਕੀ ਉਹਨਾਂ ਨੇ ਸੋਚਿਆ ਹੋਏਗਾ ਔਰ ਕੀਤਾ ਹੋਏਗਾ, ਔਰ ਚੰਡੀਗੜ੍ਹ ਕੀ ਕਰਦਾ ਜਾਂ ਨਹੀਂ ਕਰਦਾ, ਉਹਦਾ ਸਾਡੇ 'ਤੇ ਕੀ ਅਸਰ ਹੈ। ਤਾਂ ਰਾਜਾ ਵੜਿੰਗ ਦੇ ਇਸ ਬਿਆਨ ਦਾ ਹਵਾਲਾ ਦਿੰਦੇ ਹੋਏ ਬੀਜੇਪੀ ਨੇ ਪੰਜਾਬ ਕਾਂਗਰਸ ਨੂੰ ਨਿਸ਼ਾਨੇ 'ਤੇ ਲਿਆ। ਬੀਜੇਪੀ ਆਗੂ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਤੰਜ ਭਰਿਆ ਟਵੀਟ ਕਰਦੇ ਲਿਖਿਆ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅਤੇ ਸਾਡਾ ਹਿੱਸਾ ਹੈ, ਪਰ ਇਹ ਕਹੋ ਕਿ ਤੁਹਾਨੂੰ ਕਿਸੇ ਨੇ ਉੱਥੇ ਪੁੱਛਿਆ ਨਹੀਂ। ਸੋ ਫਿਲਹਾਲ ਦੇ ਕਾਂਗਰਸ ਦੇ ਆਪ ਦੇ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਗੱਠਜੋੜ ਵਾਲੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਦੋਵੇਂ ਪਾਰਟੀਆਂ ਆਪੋ ਆਪਣੇ ਪੱਧਰ 'ਤੇ 13 ਸੀਟਾਂ ਉੱਤੇ ਤਿਆਰੀ ਦਾ ਦਾਅਵਾ ਕਰ ਰਹੀਆਂ ਨੇ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਸਿਆਸਤ ਦੇ ਵਿੱਚ ਜੋ ਨਜ਼ਰ ਆਉਂਦਾ ਹਕੀਕਤ ਦੇ ਵਿੱਚ ਵੀ ਉਹੀ ਹੋਵੇ। ਚੰਡੀਗੜ੍ਹ ਤੋਂ ਅਮਨ ਭਾਰਦਵਾਜ, ਨਿਊਜ਼ 18 ਪੰਜਾਬ। ਅਤੇ ਗੱਲ ਚੰਡੀਗੜ੍ਹ ਮੇਅਰ ਚੋਣ ਦੀ, ਕੁਛ ਘੰਟੇ ਬਾਕੀ ਬਚੇ ਨੇ ਚੰਡੀਗੜ੍ਹ ਮੇਅਰ ਦੀ ਚੋਣ ਦੇ ਲਈ, ਪਰ ਇਸ ਦੇ ਵਿੱਚ ਟੈਕਨੀਕਲ ਪੇਜ 'ਚ ਇੱਕ ਹਾਲੇ ਵੀ ਫਸਿਆ। ਜਿਹੜੇ ਕਾਂਗਰਸੀ ਉਮੀਦਵਾਰ, ਜੋ ਕਾਂਗਰਸ ਨੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਖੜ੍ਹੇ ਕੀਤੇ ਸੀ, ਜਸਬੀਰ ਬੰਟੀ, ਉਹਨਾਂ ਦਾ ਨੋਮੀਨੇਸ਼ਨ ਹਾਲੇ ਤੱਕ ਵਾਪਸ ਨਹੀਂ ਹੋਇਆ। ਇਹ ਖਬਰਾਂ ਨੇ ਕਿ ਜਸਬੀਰ ਬੰਟੀ ਦਾ ਨਾਮਜ਼ਦਗੀ ਪੱਤਰ ਹਾਲੇ ਤੱਕ ਵਾਪਸ ਨਹੀਂ ਹੋ ਪਾਇਆ ਹੈ। ਤਕਨੀਕੀ ਤੌਰ 'ਤੇ ਹਾਲੇ ਵੀ ਬੰਟੀ ਮੇਅਰ ਉਮੀਦਵਾਰ ਨੇ। ਹਾਲਾਂਕਿ ਇਹ ਖਬਰਾਂ ਨੇ ਕਿ ਉਹ ਕੱਲ੍ਹ ਚੋਣ ਤੋਂ ਪਹਿਲਾਂ ਆਪਣਾ ਨੋਮੀਨੇਸ਼ਨ ਵਾਪਸ ਲੈਣਗੇ, ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਹੋ ਚੁੱਕਿਆ ਅਤੇ ਮੇਅਰ ਦੀ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਚਲੀ ਗਈ ਹੈ। ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਦੋ ਪੋਸਟਾਂ ਕਾਂਗਰਸ ਪਾਰਟੀ ਨੂੰ ਮਿਲੀਆਂ ਨੇ। ਉੱਧਰ ਕਾਂਗਰਸ ਨੇ ਹੈਬੀਅਸ ਕੋਰਪਸ ਦੀ ਪਟੀਸ਼ਨ ਪਾਈ ਹੈ, ਉਸ 'ਤੇ ਸੁਣਵਾਈ ਹੋਈ ਹੈ। ਕਾਂਗਰਸ ਨੇ ਪੁਲਿਸ ਅਤੇ ਕੌਂਸਲਰ ਬੰਟੀ ਨੂੰ ਨਜਾਇਜ਼ ਬੰਧਕ ਬਣਾਉਣ ਦੇ ਇਲਜ਼ਾਮ ਲਾਏ ਨੇ। ਕੱਲ੍ਹ ਸਵੇਰੇ 11 ਵਜੇ ਮੇਅਰ ਦੀ ਚੋਣ ਦੇ ਲਈ ਵੋਟਿੰਗ ਹੋਣੀ ਹੈ। ਇੱਕ ਘੰਟੇ ਦੇ ਵਿੱਚ ਨਤੀਜਾ ਜਿਹੜਾ ਹੈ ਉਹ ਸਾਹਮਣੇ ਆ ਜਾਏਗਾ। ਔਰ ਜਿਹੜੀ ਕਾਂਗਰਸ ਵੱਲੋਂ ਹੈਬੀਅਸ ਕੋਰਪਸ ਪਟੀਸ਼ਨ ਪਾਈ ਗਈ ਹੈ, ਉਸ 'ਤੇ ਆਰਡਰ ਜਿਹੜਾ ਹੈ ਉਹ ਲਿਖਿਆ ਜਾ ਰਿਹਾ। ਥੋੜ੍ਹੀ ਦੇਰ ਦੇ ਵਿੱਚ ਆਰਡਰ ਪਾਸ ਹੋ ਜਾਏਗਾ। ਕੀ ਉਸ ਦੇ ਵਿੱਚ ਆਰਡਰ ਆਉਂਦਾ ਉਹ ਅਸੀਂ ਦਰਸ਼ਕਾਂ ਨੂੰ ਅਪਡੇਟ ਕਰਾਂਗੇ। ਸੋ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਮੇਅਰ ਦੀ ਚੋਣ ਲੜ ਰਹੀਆਂ ਨੇ। ਔਰ ਕੀ ਹੈਬੀਅਸ ਕੋਰਪਸ ਨੂੰ ਲੈ ਕੇ ਕੁਛ ਹਾਲੇ ਤੱਕ ਜਾਣਕਾਰੀ ਹੈ? ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਨਜ਼ਰ ਆ ਰਹੇ ਨੇ, ਲਾਈਵ ਜੁੜੇ ਹੋਏ ਨੇ ਸਾਡੇ ਨਾਲ। ਉਮੇਸ਼, ਕੁਛ ਅਪਡੇਟ ਮਿਲ ਪਾਈ ਹੈ? ਕੀ ਹਲਚਲ ਇਸ ਵੇਲੇ ਚੱਲ ਰਹੀ ਹੈ? ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ, ਕੋਈ ਅਪਡੇਟ ਉਸ ਪਟੀਸ਼ਨ ਨੂੰ ਲੈ ਕੇ? ਬਿਲਕੁਲ, ਸਰਦੀ ਦਾ ਹੈ ਹੀ ਹੈ ਕੜਾਕੇ ਦੀ, ਲੇਕਿਨ ਜਿਹੜਾ ਉਬਾਲ ਹੈ ਰਾਜਨੀਤੀ ਵਿੱਚ, ਖਾਸ ਕਰ ਚੰਡੀਗੜ੍ਹ ਮੇਅਰ ਇਲੈਕਸ਼ਨ ਨੂੰ ਲੈ ਕੇ, ਉਹ ਕਾਫੀ ਗਰਮੀ ਪੈਦਾ ਕਰ ਰਿਹਾ। ਪਿਛਲੇ ਡੇਢ ਘੰਟੇ ਦੀ ਗੱਲ ਕਰੀਏ, ਸਵਾ ਕੁ ਪੰਜ ਸਾਢੇ ਪੰਜ ਜਿਹੜੀ ਹੀਅਰਿੰਗ ਸ਼ੁਰੂ ਹੋਈ ਸੀ, ਕੁਛ ਦੇਰ ਪਹਿਲਾਂ ਹੀਅਰਿੰਗ ਖਤਮ ਹੋਈ ਸੈਕਟਰ 8 ਜਸਟਿਸ ਅਲੋਕ ਜੈਨ ਦੇ ਘਰ। ਹੁਣ ਅਸੀਂ ਪਹੁੰਚੇ ਹਾਂ ਹਾਈਕੋਰਟ। ਹਾਈਕੋਰਟ ਦੀ ਜਿਹੜੀ ਬ੍ਰਾਂਚ ਹੈ ਜਿੱਥੋਂ ਆਰਡਰ ਲੈਂਦੇ ਹਾਂ ਅਸੀਂ, ਉੱਥੇ ਮੌਜੂਦ ਹਾਂ। ਅੰਦਰ ਤਸਵੀਰਾਂ ਤੁਸੀਂ ਦੇਖ ਰਹੇ ਹੋ, ਕਾਂਗਰਸ ਦੇ ਐਡਵੋਕੇਟ, ਆਮ ਆਦਮੀ ਪਾਰਟੀ ਦੇ ਜਿਹੜੇ ਐਡਵੋਕੇਟ ਨੇ, ਉਹ ਅੰਦਰ ਮੌਜੂਦ ਨੇ। ਇੱਥੇ ਆਰਡਰ ਦੀ ਜਿਹੜੀ ਕਾਪੀ ਹੈ ਉਹ ਮਿਲੇਗੀ, ਯਾਨੀ ਕਿ ਜਿਹਨੂੰ ਕਹਿੰਦੇ ਸਰਟੀਫਾਈਡ ਕਾਪੀ ਆਰਡਰ ਦੀ। ਆਰਡਰ ਲਿਖਿਆ ਜਾ ਚੁੱਕਾ ਵਿਜੇ, ਅਪਡੇਟ ਇਹ ਹੈ ਆਰਡਰ ਲਿਖਿਆ ਜਾ ਚੁੱਕਾ ਹੈ। ਔਰ ਜਿਹੜੀ ਅਸੀਂ ਖਬਰ ਦੱਸੀ ਸੀ ਕਿ ਪੁਲਿਸ ਵੱਲੋਂ ਜਿਹੜੀ ਸਟੇਟਸ ਰਿਪੋਰਟ ਮੰਗੀ ਗਈ ਸੀ, ਪੁਲਿਸ ਦੀ ਸਟੇਟਸ ਰਿਪੋਰਟ ਵਿੱਚ ਜਸਬੀਰ ਸਿੰਘ ਬੰਟੀ ਜਿਹੜੇ ਪਾਰਸ਼ਦ ਨੇ, ਉਹਨਾਂ ਦੀ ਕੋਈ ਸਟੇਟਮੈਂਟ ਦਾ ਜ਼ਿਕਰ ਹੈ ਕਿ ਉਹਨਾਂ ਵੱਲੋਂ ਕੋਈ ਸਟੇਟਮੈਂਟ ਦਿੱਤੀ ਗਈ ਹੈ ਜਿਹਦੇ ਵਿੱਚ ਸ਼ਾਇਦ ਇਹ ਕਿਹਾ ਗਿਆ। ਹਾਲਾਂਕਿ ਆਰਡਰ ਲਈ ਆਉਣਾ ਬਾਕੀ ਹੈ, ਮੈਂ ਇਸ ਕਰਕੇ ਵਾਰ ਵਾਰ ਜ਼ਿਕਰ ਕਰ ਰਿਹਾ ਕਿ ਆਰਡਰ ਆਉਣਾ ਹਾਲੇ ਬਾਕੀ ਹੈ, ਲੇਕਿਨ ਜਿਹੜਾ ਸਾਡੀ ਜਾਣਕਾਰੀ ਵਿੱਚ ਹੈ, ਸਾਡਾ ਸੂਤਰ ਦੱਸ ਰਹੇ ਨੇ, ਉਹ ਇਹ ਦੱਸ ਰਹੇ ਨੇ ਕਿ ਜਿਹੜੀ ਪੁਲਿਸ ਨੇ ਹੁਣ ਸਟੇਟਸ ਰਿਪੋਰਟ ਦਿੱਤੀ ਹੈ ਕੋਰਟ ਦੇ ਸਾਹਮਣੇ, ਉਹ ਹੈ ਕਿ ਜਸਬੀਰ ਸਿੰਘ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਹੈ ਜਿਹਦੇ ਵਿੱਚ ਜਸਬੀਰ ਸਿੰਘ ਦੀ ਸ਼ਾਇਦ ਕੋਈ ਰਿਟਨ ਸਟੇਟਮੈਂਟ ਹੈ, ਉਹਦੇ ਵਿੱਚ ਕਿਹਾ ਗਿਆ ਕਿ ਹੁਣ ਉਹ ਫ੍ਰੀ ਹੈ,
ਲੇਕਿਨ ਵਕੀਲਾਂ ਵੱਲੋਂ ਸਵਾਲ ਚੁੱਕੇ ਗਏ ਜੇ ਫ੍ਰੀ ਆ ਤਾਂ ਫਿਰ ਇੰਨਾ ਪਹਿਰਾ ਕਿਉਂ, 50-60 ਪੁਲਿਸ ਵਾਲੇ ਕਿਉਂ? ਤਾਂ ਸ਼ਾਇਦ ਹੁਣ ਦੇਖਣਾ ਹੋਏਗਾ ਕਿ ਡਿਟੇਲ ਆਰਡਰ ਕੀ ਆਉਂਦਾ, ਆਰਡਰ ਵਿੱਚ ਕੀ ਆਉਂਦਾ। ਔਰ ਕਾਫੀ ਗਹਿਮਾ ਗਹਿਮੀ ਦਾ ਮਾਹੌਲ ਹੈ ਪਿਛਲੇ ਕੁਝ ਦਿਨਾਂ ਤੋਂ, ਮੇਅਰ ਇਲੈਕਸ਼ਨ ਤੋਂ ਜੇ ਆਪਾਂ ਗੱਲ ਕਰੀਏ। ਔਰ ਸਾਹਮਣੇ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ, ਐਡਵੋਕੇਟ ਸਾਨੂੰ ਤਸਵੀਰਾਂ 'ਚ ਨਜ਼ਰ ਆ ਰਹੇ ਹੈ, ਕਾਂਗਰਸ ਦੇ ਐਡਵੋਕੇਟ ਹੈ, HS ਲੱਕੀ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ, ਉਹਨਾਂ ਦੇ ਬੇਟੇ ਹੈ, ਉਹ ਪਟੀਸ਼ਨਰ ਬਤੌਰ ਐਡਵੋਕੇਟ ਪੇਸ਼ ਹੋਏ ਨੇ। ਤੇ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰੀਏ ਤਾਂ ਫੈਰੀ ਸੋਫਤ ਨੇ, ਐਡਵੋਕੇਟ ਐਡੀਸ਼ਨਲ ਐਡਵੋਕੇਟ ਜਨਰਲ ਉਹ ਨੇ, ਤੇ ਹੋਰ ਗੌਰਵ ਧੂਰੀਵਾਲਾ ਉਹ ਐਡੀਸ਼ਨਲ ਐਡਵੋਕੇਟ ਜਨਰਲ ਨੇ ਪੰਜਾਬ ਵਿੱਚ, ਉਹ ਇੱਥੇ ਆਏ ਨੇ ਬਤੌਰ ਐਡਵੋਕੇਟ। ਤਾਂ ਟੀਮ ਜਿਹੜੀ ਐਡਵੋਕੇਟਾਂ ਦੀ ਇੱਥੇ ਮੌਜੂਦ ਹੈ। ਕਾਫੀ ਮਾਹੌਲ ਜਿਹੜਾ ਹੈ ਪਿਛਲੇ ਕੁਝ ਦਿਨਾਂ ਤੋਂ, ਜਾਂ ਅੱਜ ਦੀ ਆਪਾਂ ਗੱਲ ਕਰੀਏ, ਜਸਬੀਰ ਸਿੰਘ ਬੰਟੀ ਦੇ ਵੀਡੀਓ ਤੋਂ ਸ਼ੁਰੂ ਹੋਈ ਸੀ ਕਿ ਨੋਮੀਨੇਸ਼ਨ ਦਾ ਵੀ ਜ਼ਿਕਰ ਹੈ, ਤੇ ਤਮਾਮ ਜਿਹੜੀ ਗਹਿਮਾ ਗਹਿਮੀ ਹੈ ਉਹ ਇੱਥੇ ਤੁਹਾਨੂੰ ਤਸਵੀਰਾਂ 'ਚ ਨਜ਼ਰ ਆਉਣਗੀਆਂ। ਤੇ ਕੁਛ ਹੀ ਮਿੰਟਾਂ 'ਚ ਸ਼ਾਇਦ ਆਰਡਰ ਦੀ ਜਿਹੜੀ ਕਾਪੀ ਹੈ ਉਹ ਸਾਹਮਣੇ ਆਏਗੀ, ਔਰ ਅਸੀਂ ਦੱਸਾਂਗੇ ਕਿ ਆਰਡਰ ਵਿੱਚ ਕੀ ਹੈ, ਗੱਲ ਵੀ ਕਰਾਂਗੇ। ਤਸਵੀਰਾਂ ਤੁਸੀਂ ਸਾਫ਼ ਦੇਖ ਰਹੇ ਹੋ, ਔਰ ਜਿਹੜੀ ਹੈਗੀ ਹੈ DR ਫਾਈਲਿੰਗ ਸੈਕਸ਼ਨ, CRC ਰਿਟਸ ਬ੍ਰਾਂਚ, ਇਹ ਜਿਹੜੀ ਹੈਗੀ ਹੈ ਇੱਥੋਂ ਆਰਡਰ ਦੀ ਕਾਪੀ ਮਿਲੇਗੀ। ਔਰ ਇਹ ਤੁਸੀਂ ਜਿਹੜੀ ਤਸਵੀਰਾਂ ਦੇਖ ਰਹੇ ਹੋ, ਇਹ ਕੋਰਟ ਦੇ ਜਿਹੜੇ ਨੁਮਾਇੰਦੇ ਨੇ ਇਹ ਗਏ ਨੇ, ਇਹ ਉੱਥੇ ਆਰਡਰ ਲਿਖ ਕੇ ਜਿਹੜੀ ਕਾਪੀ ਹੱਥ ਵਿੱਚ ਆਉਣੀ ਹੈ ਨਾ, ਉਹ ਹੈਗੀ ਹੈ ਵੀ ਦੇਖੇ ਉਹਦੇ ਵਿੱਚ ਕੀ ਕੋਰਟ ਨੇ ਕਿਹਾ ਹੈ। ਤਾਂ ਕੋਸ਼ਿਸ਼ ਵੀ ਅਸੀਂ ਜ਼ਰੂਰ ਕਰ ਰਹੇ ਹਾਂ ਕਿ ਜਿੰਨੀ ਤਸਵੀਰਾਂ ਅਤੇ ਦਿਖਾ ਸਕੀਏ ਤੁਹਾਨੂੰ ਦਿਖਾ ਰਹੇ ਹਾਂ, ਅਤੇ ਸ਼ਾਇਦ 5 ਜਾਂ 7 ਮਿੰਟ 'ਚ ਮੈਕਸੀਮਮ ਜਿਹੜੇ ਲੱਗਣਗੇ ਉਹ ਆਰਡਰ ਹੱਥ ਵਿੱਚ ਆ ਜਾਏਗਾ, ਔਰ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਕੀ ਕੋਰਟ ਦਾ ਫੈਸਲਾ ਆਇਆ। ਲੇਕਿਨ ਜਿਹੜੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਦੀ ਜਿਹੜੀ ਸਟੇਟਸ ਰਿਪੋਰਟ ਦਾ ਜ਼ਿਕਰ ਹੈ ਉਹਦੇ ਵਿੱਚ ਜਸਬੀਰ ਬੰਟੀ ਦੀ ਜਿਹੜੀ ਸਟੇਟਮੈਂਟ ਹੈ ਸ਼ਾਇਦ ਉਹ ਦੱਸੀ ਗਈ ਹੈ, ਔਰ ਉਹ ਬੜੀ ਨਿਰਣਾਇਕ ਵੀ ਸਾਬਿਤ ਹੋ ਸਕਦੀ ਹੈ। ਜੀ, ਓਵਰ ਟੂ ਵਿਜੇ। ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ, ਹਾਈ ਕੋਰਟ ਤੋਂ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦਿਖਾ ਰਹੇ ਨੇ ਕਿ ਆਰਡਰ ਪਾਸ ਹੋ ਰਿਹਾ, ਥੋੜ੍ਹੀ ਦੇਰ ਦੇ ਵਿੱਚ ਕੀ ਆਰਡਰ ਆਉਂਦਾ, ਕਿਉਂਕਿ ਇੱਕ ਸਟੇਟਮੈਂਟ ਦਾ ਜ਼ਿਕਰ ਹੈ, ਜਸਬੀਰ ਬੰਟੀ ਦੀ ਇੱਕ ਸਟੇਟਮੈਂਟ ਦਾ ਜ਼ਿਕਰ ਹੈ ਕਿ ਉਹ ਸਟੇਟਮੈਂਟ ਲਾਈ ਗਈ ਹੈ। ਔਰ ਕਾਂਗਰਸ ਨੇ ਪਟੀਸ਼ਨ, ਹੈਬੀਅਸ ਕੋਰਪਸ ਦਾ ਮਤਲਬ ਹੁੰਦਾ ਬੰਦੀ ਪ੍ਰਤੱਖਸ਼ੀਕਰਨ ਯਾਚਿਕਾ, ਯਾਨੀ ਉਸਦਾ ਮਤਲਬ ਇਹ ਹੁੰਦਾ ਕਿ ਜੇ ਕਿਸੇ ਵਿਅਕਤੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਜਾਂ ਕਿਸੇ ਵਿਅਕਤੀ ਨੂੰ ਬੰਦੀ ਬਣਾ ਕੇ ਰੱਖਿਆ ਜਾਂਦਾ ਤਾਂ ਇਹ ਪਟੀਸ਼ਨ ਪਾਈ ਜਾਂਦੀ ਹੈ। ਪਰ ਕਿਉਂਕਿ ਜਸਬੀਰ ਬੰਟੀ ਦੇ ਇੱਕ ਬਿਆਨ ਦਾ ਜ਼ਿਕਰ ਹੋ ਰਿਹਾ, ਸੋ ਉਸ ਨੂੰ ਲੈ ਕੇ ਕੀ ਫੈਸਲਾ ਸੁਣਾਇਆ ਜਾਂਦਾ ਉਹ ਥੋੜ੍ਹੀ ਦੇਰ ਦੇ ਵਿੱਚ ਸਪਸ਼ਟ ਹੋ ਜਾਏਗਾ। ਫਿਲਹਾਲ ਬਹੁਤ ਬਹੁਤ ਧੰਨਵਾਦ ਉਮੇਸ਼ ਇਸ ਜਾਣਕਾਰੀ ਦੇ ਲਈ। ਜਿਵੇਂ ਕੋਈ ਅਪਡੇਟ ਆਉਂਦੀ ਹੈ ਅਸੀਂ ਦੁਬਾਰਾ ਉਮੇਸ਼ ਦਾ ਰੁਖ ਕਰਾਂਗੇ ਔਰ ਦਰਸ਼ਕਾਂ ਤੱਕ ਉਹ ਜਾਣਕਾਰੀ ਪਹੁੰਚਾਵਾਂਗੇ ਕਿ ਹਾਈ ਕੋਰਟ ਦੇ ਵਿੱਚ ਇਸ ਨੂੰ ਲੈ ਕੇ ਆਰਡਰ ਕੀ ਹੈ। ਉਧਰ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਮਾਹੌਲ ਲਗਾਤਾਰ ਗਰਵਾਇਆ ਹੋਇਆ। ਅੱਜ ਰਾਘਵ ਚੱਡਾ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਆਗੂ ਪਵਨ ਬੰਸਲ ਨੇ ਕਿਹਾ ਕਿ BJP ਗੈਰ ਲੋਕਤੰਤਰਿਕ ਹਰਕਤਾਂ ਕਰ ਰਹੀ ਹੈ। ਉਹਨਾਂ ਕਿਹਾ ਕਿ BJP ਉਹਨਾਂ ਨੂੰ ਖਦਸ਼ਾ ਹੈ ਕਿ ਕੁਝ ਹੋਰ ਸ਼ਰਾਰਤਾਂ ਵੀ ਕਰ ਰਹੀ ਹੈ। ਔਰ ਪੰਜਾਬ ਬਾਰੇ ਵੀ ਉਹਨਾਂ ਨੇ ਕਿਹਾ ਕਿ ਰਾਘਵ ਚੱਡਾ ਦੇ ਨਾਲ ਉਹਨਾਂ ਦੀ ਪੰਜਾਬ ਬਾਰੇ ਕੋਈ ਗੱਲਬਾਤ ਨਹੀਂ ਹੋਈ, ਇਹ ਮਹਿਜ਼ ਚੰਡੀਗੜ੍ਹ ਮੇਅਰ ਦੀ ਚੋਣ ਨੂੰ ਲੈ ਕੇ ਇੱਕ ਮੁਲਾਕਾਤ ਸੀ। ਪਾਰਟੀ ਦੇ ਲੋਕ ਜੋ ਹਰਕਤਾਂ ਕਰ ਰਹੇ ਨੇ ਗੈਰ ਲੋਕਤੰਤਰਿਕ, ਕੱਲ ਦਾ ਤੁਹਾਨੂੰ ਪਤਾ ਲੱਗ ਰਿਹਾ ਦਫ਼ਤਰ ਦੇ ਵਿੱਚ ਉੱਥੇ ਜ਼ਬਰਦਸਤੀ ਪਹੁੰਚ ਗਏ ਜਿਹੜੇ ਕਾਉਂਸਲਰ ਨੇ ਸਾਡੇ, ਉਹ ਕੋਈ ਬੱਚਾ ਨਹੀਂ ਹੈ, ਉਹ ਇੱਕ ਸੀਨੀਅਰ ਆਦਮੀ ਨੇ, ਮਤਲਬ ਇਨ ਦੀ ਸੈਂਸ ਕਿ ਪਹਿਲਾਂ ਇਲੈਕਸ਼ਨ ਲੜ ਲਏ, ਦੂਜੀ ਵਾਰ ਫਿਰ ਹੁਣ ਕਾਉਂਸਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਚੁਣਿਆ ਸੀ ਆਪਣੇ ਮੇਅਰ ਦੇ ਇਲੈਕਸ਼ਨ ਵਾਸਤੇ, ਉਹ ਕੋਈ ਬੱਚਾ ਨਹੀਂ ਹੈ। ਅਗਰ ਉਹ ਉੱਥੇ ਚਲੇ ਗਏ ਪਹਿਲਾਂ ਤਾਂ ਪਿੱਛੇ ਉਹਨਾਂ ਦੇ ਫਾਦਰ ਹੋਰਾਂ ਨੂੰ
ਉਹਨਾਂ ਨੂੰ ਗੁੰਮਰਾਹ ਕੀਤਾ ਕਿ ਤੁਹਾਡੇ ਬੇਟੇ ਨੂੰ ਉੱਥੇ ਟੋਰਚਰ ਕੀਤਾ ਜਾ ਰਿਹਾ ਹੈ, ਕਾਂਗਰਸ ਦਾ ਕਾਉਂਸਲਰ ਹੈ, ਕਾਂਗਰਸ ਦੇ ਵਾਲਿਆਂ ਨਾਲ ਵਿਦਡਰਾਅ ਕਰਨ ਆ ਰਿਹਾ, ਮਾਹੌਲ ਤੁਸੀਂ ਇਸ ਤਰ੍ਹਾਂ ਦਾ ਬਣਾ ਦਿੱਤਾ। ਅਸੀਂ ਉਸ ਤੇ ਗੱਲਬਾਤ ਆਪਸ ਵਿੱਚ ਕਰ ਰਹੇ ਹਾਂ ਕਿ ਉਹ ਇਸ ਚੀਜ਼ ਦੇ ਵਿੱਚ ਕਾਮਯਾਬ ਨਾ ਹੋਣ ਕਿ ਕੋਈ ਹੋਰ ਸ਼ਰਾਰਤ ਕਰ ਸਕਦੇ ਨੇ। ਕੱਲ੍ਹ ਵਾਲੀ ਤਾਂ ਕਾਮਯਾਬ ਹੋਏ ਨਹੀਂ, ਸਿਰਫ ਉਸ ਚੀਜ਼ ਤੇ ਗੱਲ ਕਰ ਰਹੇ ਹਾਂ ਕਿ ਅਸੀਂ ਵੇਖਣਾ ਹੈ ਕਿ ਉਹ ਆਪਣੇ ਇਹ ਨਾ ਪਾਕ ਇਰਾਦਿਆਂ ਦੇ ਵਿੱਚ ਕਾਮਯਾਬ ਨਾ ਹੋਣ ਅਤੇ ਲੋਕਤਾਂਤਰਿਕ ਢੰਗ ਦੇ ਨਾਲ ਜਿਹੜੇ ਕਿ ਹੁਣ ਸਾਡੀ ਇੱਕ ਬਹੁਮਤ ਹੈ ਉਹਦੇ ਹਿਸਾਬ ਨਾਲ ਅਸੀਂ ਜਿੱਤ ਪਾਈਏ। ਦੇਖੋ ਇਹ ਗੱਲ ਤੇ ਸਾਰਿਆਂ ਨੂੰ ਪਹਿਲੇ ਉਹਨਾਂ ਨੂੰ ਪੁੱਛਣੀ ਚਾਹੀਦੀ, ਕਹਿੰਦੇ ਆਪਣਾ ਘਰ ਸੰਭਾਲ ਕੇ ਰੱਖੋ ਤੇ ਚੋਰ ਕਿਸੇ ਨੂੰ ਨਾ ਆਖੋ। ਤੇ ਕਾਂਗਰਸ ਵਾਲੇ ਕੀ ਕਰ ਰਹੇ ਸੀਗੇ, ਉਹਨਾਂ ਦੇ ਜਿਹੜਾ ਕਾਉਂਸਲਰ ਸੀਗਾ ਉਹਦੇ ਫਾਦਰ ਨੇ ਉਹਨੇ ਗੱਲ ਕੀਤੀ, ਉਹਨੇ ਜਾ ਕਰ ਉਹਨੇ ਉੱਥੇ ਰੌਲਾ ਪਾਇਆ, ਉਸ ਬੰਦੇ ਦੇ ਮੈਸੇਜਿਸ ਆਏ ਕਿ ਜੀ ਮੈਨੂੰ ਇੱਥੇ ਇਹਨਾਂ ਨੇ ਇਲੀਗਲੀ ਰੱਖਿਆ ਦਾ, ਮੈਨੂੰ ਇੱਥੋਂ ਕਢਾਓ। ਤੇ ਨੈਚੁਰਲੀ ਜਿਹੜਾ ਹੈਗਾ ਵੈ ਚੁਣਾਵ ਦਾ ਸਮੇਂ ਹੈਗਾ ਤੇ ਜਿਸਲੇ ਸਾਡੇ ਬੰਦਿਆਂ ਦੇ ਨਾਲ ਇਹ ਗੱਲ ਹੋਈ ਤੇ ਉਹਨਾਂ ਨੇ ਕਿਹਾ ਕਿ ਜੀ ਉੱਥੇ ਉਹ ਆ ਰਿਹਾ ਤੇ ਉਹਨੂੰ ਉਹਨਾਂ ਨੇ ਜ਼ਬਰਦਸਤੀ ਰੱਖਿਆ ਦਾ। ਅਸੀਂ ਕੋਈ ਉਹਨੂੰ ਫੜਨ ਨਹੀਂ ਗਏ, ਅਸੀਂ ਕੋਈ ਉਹਨੂੰ ਬੁਲਾਉਣ ਨਹੀਂ ਗਏ, ਲੇਕਿਨ ਅਸੀਂ ਜਿਸਲੇ ਪਤਾ ਲੱਗਿਆ ਆਪਾਂ ਉੱਥੇ ਗਏ ਕਿ ਭਾਈ ਉਹਨੂੰ ਪੁੱਛਿਆ ਬਈ ਤੈਨੂੰ ਫੜਿਆ ਦਾ ਕਿ ਤੈਨੂੰ ਕੀ। ਉਹਦੇ ਫਾਦਰ ਨੇ ਸਭ ਤੋਂ ਪਹਿਲੇ ਉਹਨੇ ਉੱਥੇ ਬਿਆਨ ਦਿੱਤਾ ਕਿ ਤੁਸੀਂ ਇਹਨੂੰ ਕਿਉਂ ਰੱਖਿਆ ਦਾ, ਇਹਨੂੰ ਘਰ ਕਿਉਂ ਨਹੀਂ ਜਾਣ ਦਿੰਦੇ, ਮੈਨੂੰ ਇਹਦੀ ਜਾਨ ਦਾ ਮੈਨੂੰ ਫਿਕਰ ਹੈ। ਫਿਰ ਉੱਥੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਇਹ ਕੀਤਾ ਕਿ ਜੀ ਅਸੀਂ ਇਹਨੂੰ ਇਹਦੇ ਘਰ ਲੈ ਜਾਂਦੇ ਹਾਂ ਜੀ, ਨਾ ਅਸੀਂ ਕੋਈ ਉਹਨੂੰ ਆਪਣੇ ਨਾਲ ਲੈ ਕੇ ਗਏ। ਲੇਕਿਨ ਜਿਸ ਵੇਲੇ ਅਸੀਂ ਉੱਥੇ ਪਹੁੰਚੇ ਗਏ ਹਾਂ ਤੇ ਉੱਥੇ ਚਾਰੋਂ ਪਾਸੇ ਅਸੀਂ ਤੇ ਚਾਰ ਜਿੰਨੇ ਗਏ ਸੀਗੇ ਉੱਥੇ ਦੇਖਣ ਵਾਸਤੇ ਕਿ ਭਾਈ ਕੀ ਹੋ ਰਿਹਾ ਹੈਗਾ ਉੱਥੇ ਜਾ ਕੇ। ਤੇ ਗੱਲ ਕਰਦੇ ਆ ਮੁੱਖ ਮੰਤਰੀ ਮਾਨ ਵੱਲੋਂ ਅੱਜ ਨਿਵੇਸ਼ ਨੂੰ ਲੈ ਕੇ ਕੀਤੀ ਬੈਠਕ ਦੀ। ਪੰਜਾਬ ਦੇ ਵਿੱਚ ਵਿਦੇਸ਼ੀ ਨਿਵੇਸ਼ ਨੂੰ ਲੈ ਕੇ ਅੱਜ ਕਈ ਅਹਿਮ ਮੀਟਿੰਗਾਂ ਮੁੱਖ ਮੰਤਰੀ ਵੱਲੋਂ ਕੀਤੀਆਂ ਗਈਆਂ। 8 ਦੇਸ਼ਾਂ ਦੇ ਹਾਈ ਕਮਿਸ਼ਨਰ ਦੇ ਨਾਲ ਇਹ ਬੈਠਕਾਂ ਹੋਈਆਂ ਔਰ ਸਾਰਿਆਂ ਨੂੰ ਪੰਜਾਬ 'ਚ ਨਿਵੇਸ਼ ਦੇ ਲਈ ਸੱਦਾ ਦਿੱਤਾ ਗਿਆ। ਖੇਤੀਬਾੜੀ, ਸਿੱਖਿਆ, ਕੈਟਲ ਫੀਡ ਦੇ ਖੇਤਰ 'ਤੇ ਚਰਚਾ ਹੋਈ। ਸਪੋਰਟਸ ਇੰਡਸਟਰੀ 'ਚ ਨਿਵੇਸ਼ ਕਰਨ ਦਾ CM ਵੱਲੋਂ ਸੱਦਾ ਦਿੱਤਾ ਗਿਆ ਔਰ CM ਨੇ ਕਿਹਾ ਕਿ ਮੇਰਾ ਫੋਕਸ ਅੱਜ ਦੀਆਂ ਬੈਠਕਾਂ ਦਾ ਇਹੀ ਰਿਹਾ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਨਿਵੇਸ਼ ਹੈ ਉਹ ਲਿਆਂਦਾ ਜਾ ਸਕੇ। ਪੰਜਾਬ ਦੇ ਵਿੱਚ ਕੰਪੇਨ ਕਰ ਰਹੇ ਸੀ, ਅਸੀਂ ਗਰੰਟੀਆਂ ਦੇ ਰਹੇ ਸੀ ਦੋਨੋਂ ਕਿ ਰੰਗਲਾ ਪੰਜਾਬ ਬਣਾਉਣਾ ਖੇਤੀ ਨੂੰ, ਕਿਉਂਕਿ ਅੱਜ ਕੱਲ੍ਹ ਜ਼ਮਾਨਾ ਜਿਹੜਾ ਬ੍ਰੇਨ ਸਟ੍ਰੋਮਿੰਗ ਦਾ, ਗਰੁੱਪ ਆਫ ਕੰਪਨੀਜ਼ ਦਾ, ਅਤੇ ਦੁਨੀਆ ਜਿਹੜੀ ਆ ਉਹ ਇੱਕ ਛੋਟਾ ਜਿਹਾ ਪਿੰਡ ਬਣ ਗਈ। ਆਸਟ੍ਰੇਲੀਆ ਦੇ ਅੰਬੈਸਡਰ ਮਿਸਟਰ ਫਿਲਿਪ ਗ੍ਰੀਨ, UK ਦੇ ਅੰਬੈਸਡਰ, ਸਪੇਨ ਦੇ ਅੰਬੈਸਡਰ, ਮਲੇਸ਼ੀਆ ਦੇ ਅੰਬੈਸਡਰ, ਨੀਦਰਲੈਂਡ ਦੇ ਅੰਬੈਸਡਰ, ਬ੍ਰਾਜ਼ੀਲ ਦੇ ਅੰਬੈਸਡਰ, ਟਰਕੀ ਜਿਹਨੂੰ ਤੁਰਕੀ ਕਹਿ ਦਿੰਦੇ ਹਾਂ, ਤੁਰਕੀ ਦੇ ਅੰਬੈਸਡਰ, ਫਰਾਂਸ ਦੇ ਅੰਬੈਸਡਰ, ਸਾਰਿਆਂ ਨਾਲ ਬਹੁਤ ਖੁੱਲ੍ਹ ਕੇ ਗੱਲ ਹੋਈ ਇਕੱਲਿਆਂ ਨਾਲ। ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਕੰਟਰੀ ਜਿਵੇਂ ਆਸਟ੍ਰੇਲੀਆ ਹੈ, ਬ੍ਰਾਜ਼ੀਲ ਹੈ, ਇਹ ਕੰਟਰੀ ਜਿਹੜੇ ਨੇ ਇਹ ਖੇਤੀ ਸੈਕਟਰ ਦੇ ਵਿੱਚ ਪੰਜਾਬ ਦੇ ਨਾਲ ਬਹੁਤ ਸਾਰੀਆਂ ਸਾਂਝਾਂ ਪਾ ਸਕਦੇ ਨੇ। ਫੂਡ ਪ੍ਰੋਸੈਸਿੰਗ 'ਚ ਜਾਂ ਮੈਨੂਫੈਕਚਰਿੰਗ ਕੰਬਾਈਨਸ ਦੀ, ਟਰੈਕਟਰਸ ਦੀ, ਕਿਉਂਕਿ ਪੰਜਾਬ ਜਿਹੜਾ ਉਹ 87% ਟਰੈਕਟਰ ਅਤੇ ਖੇਤੀ ਦੇ ਹੋਰ ਸੰਦ ਜਿਹੜੇ 87% ਉਹ ਦੇਸ਼ 'ਚੋਂ ਪੰਜਾਬ ਪੈਦਾ ਕਰਦਾ, ਪੰਜਾਬ ਮੈਨੂਫੈਕਚਰ ਕਰਦਾ। IT ਸੈਕਟਰ ਦੇ ਵਿੱਚ ਬਹੁਤ ਸਾਰੇ
ਰਾਜਦੂਤ ਜਿਹੜੇ ਨੇ ਉਹਨਾਂ ਨੇ ਆਪਣਾ ਇੰਟਰਸਟ ਦਿਖਾਇਆ। ਆਉਣ ਵਾਲੇ ਦਿਨਾਂ 'ਚ ਮੋਹਾਲੀ ਦੇ ਵਿੱਚ, ਰਾਜਪੁਰਾ ਦੇ ਵਿੱਚ ਜਿਹੜੀ ਸਾਡੀ ਆਈ ਟੀ ਹੱਬ ਹੈ ਉਹਨੂੰ ਬਹੁਤ ਬੂਸਟ ਮਿਲੂਗਾ।